ਜੋ 14 ਦਾ ਦਿਲ ਦੁਖਾ ਹੋਵੇ ਥਾਣੇਦਾਰ ਉਹਨੂੰ ਇੰਟਰੋਗੇਟ ਕਰਦਾ ਤੇ ਉਹਦਾ ਦੁਖੇ ਅਪਰਾਧੀ ਦਾ ਦਿਲ ਪਿਆ ਦੁਖੇ ਕਿਸੇ ਸੰਤ ਦਾ ਦਿਲ ਨਾ ਦੁਖੇ ਸੰਤਨ ਦੁੱਖ ਪਾਏ ਤੇ ਦੁਖੀ ਹੈ ਪਰਮੇਸ਼ਰ ਪਰਮੇਸ਼ਰ ਨੂੰ ਸੰਤਾਂ ਦੇ ਦੁੱਖ ਤੱਕ ਮਤਲਬ ਹੈ ਸੰਤ ਕੌਣ ਹੈ ਕਿੱਥੋਂ ਸਟਾਰਟ ਹੁੰਦਾ ਸੰਤ ਸੰਤ ਮਾਲਾ ਵਾਲੇ ਨਹੀਂ ਹੁੰਦੇ ਜਿਹੜੇ ਉਮੀ ਨੇ ਉਹ ਵੀ ਸਾਧਕ ਨੇ ਜਿਹਨਾਂ ਨੂੰ ਧਰਮ ਦਾ ਬਿਲਕੁਲ ਗਿਆਨ ਦੀ ਡਿਊਟਲ ਨੇ ਉਹ ਵੀ ਸਾਧਕ ਨੇ ਉਹ ਵੀ ਸਾਧਨਾ ਮਾਰੀ ਹੈ ਜਿਹੜੇ ਸ਼ਾਦਰ ਨੇ ਧਰਮ ਨੂੰ ਜਾਣਦੇ ਨੇ ਔਰ ਉਮੀ ਸਾਧਾਂ ਨੂੰ ਠੱਗਦੇ ਨੇ ਜਾਲ ਚ ਫਸਾ ਕੇ ਉਹਨਾਂ ਦਾ ਹੀ ਦਿਲ ਦੁਖੂਗਾ ਗੁਰਬਾਣੀ ਨਾਲ ਹੋਰ ਨੀ ਕਿਸੇ ਦਾ ਦੁਖਣਾ ਗੁਰਬਾਣੀ ਦੀ ਵਿਆਖਿਆ ਉਹਨਾਂ ਦਾ ਹੀ ਦਿਲ ਦੁਖੂਗਾ ਜਿਹੜੇ ਅੱਜ ਦਾ ਲੀਡਰ ਬਣੇ ਫਿਰਦੇ ਨੇ ਮਹਾਂਪੁਰਸ਼ ਬਣੇ ਫਿਰਦੇ ਨੇ ਸਭ ਤੋਂ ਜਿਹੜੇ ਅਪਰਾਧੀ ਨੇ ਉਹ ਤਾਂ ਦਿਲ ਦੁਖੂ ਉਹਨਾਂ ਦਾ ਤਾਂ ਉਹਨਾਂ ਦਾ ਤਾਂ ਪਾਪੜ ਬਚੂਗਾ ਹੀ ਬਚੂਗਾ ਇਹ ਜਿਹੜੇ ਉਹਨਾਂ ਦਾ ਜ਼ਿਆਦਾ ਜੁੜੇ ਨੇ ਸਕੇ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਚੇਲੇ ਨੇ ਜਿਹੜੇ ਉਹਨਾਂ ਦੇ ਏਜੰਟ ਅਸਲ ਚ ਏਜੰਟ ਨੇ ਉਹਨਾਂ ਦੇ ਉਹਨਾਂ ਦਾ ਵੀ ਦਿਲ ਦੁਖੂਗਾ ਪ੍ਰਚਾਰ ਜੋ ਕਰਦੇ ਨੇ ਉਹਨਾਂ ਦਾ ਦਿਲ ਦੁਖੂਗਾ ਦੁਖੇ ਉਹਨਾਂ ਦਾ ਕੋਈ ਰੌਲਾ ਨਹੀਂ ਉਹਦਾ ਰਿਐਕਸ਼ਨ ਜੋ ਹੁੰਦਾ ਹੀ ਹੁੰਦਾ ਪਰ ਕਿਸੇ ਇਨੋਸੈਂਟ ਬੰਦੇ ਦਾ ਦਿਲ ਨਾ ਦੁਖੇ ਉਮੀ ਸਾਧ ਦਾ ਦਿਲ ਨਾ ਦੁਖੇ ਇਹ ਅਸਲੀ ਸਾਧ ਦਾ ਦਿਲ ਨਾ ਦੁਖੇ ਇਹ ਨਹੀਂ ਗੱਲ ਨਹੀਂ ਕਰਦੀ ਆਪਣੇ ਮਨ ਨਾਲ ਲੜੇ ਆਪਣਾ ਵਿਰੋਧੀ ਕੋਈ ਨਹੀਂ ਆਪਣਾ ਨਹੀਂ ਵਿਰੋਧੀ ਜਿਹੜਾ ਉਮੀ ਸਾਧਾਂ ਦਾ ਵਿਰੋਧੀ ਹੈ ਉਹਨੂੰ ਵੀ ਜਮਦੇ ਜਾਲ ਫਸਾ ਰਿਹਾ ਜਿਹੜਾ ਸੱਚਖੰਡ ਦਾ ਵਿਰੋਧੀ ਹੈ ਕੁਦਰਤ ਦਾ ਵਿਰੋਧੀ ਹੈ ਉਹ ਸਾਡਾ ਵਿਰੋਧੀ ਹੈ ਪੁਲਿਸ ਦਾ ਵਿਰੋਧੀ ਕੌਣ ਪੁਲਿਸ ਕੀ ਦਾ ਵਿਰੋਧ ਕਰਦੀ ਹੈ ਜਿਹੜਾ ਹਕੂਮਤ ਦਾ ਵਿਰੋਧ ਕਰੇ ਹਕੂਮਤ ਦੇ ਕਾਨੂੰਨ ਤੋੜੇ ਜਿਹੜਾ ਭਾਣੇ ਦਾ ਵਿਰੋਧ ਕਰਦਾ ਨਾ ਪੁੱਲ ਪਾਪ ਦਾ ਉਪਦੇਸ਼ ਦਿੰਦਾ ਸਿਖਾਉਂਦਾ ਉਹ ਵਿਰੋਧੀ ਹੈ ਪੁੱਲ ਪਾਪ ਨੂੰ ਜਿਹੜਾ ਕਹਿੰਦਾ ਹੈਗਾ ਉਹ ਵਿਰੋਧੀ ਹੈ ਸਿੱਖ ਦਾ ਅੱਜ ਸਾਰੇ ਸਿੱਖ ਸੰਸਥਾ ਨੂੰ ਮੰਨਦੀਆਂ ਨੇ ਪੁੱਲ ਪਾਪ ਨੂੰ ਸਾਰੇ ਸਿੱਖੀ ਦੇ ਵਿਰੋਧੀ ਨੇ ਜਿੰਨੇ ਮੰਨਦੇ ਨੇ ਗੁਰਮਤ ਐਨ ਸਟੈਂਡ ਕਰਦੀ ਹੈ ਫਰਮਲੀ ਜਨਤਾ ਕੇ ਬਸ ਕੁਛ ਨਹੀਂ ਜੋ ਬਸ ਕੁਛ ਨਹੀਂ ਪੁੰਨ ਪਾਪ ਦੇ ਬਦਲਣਗੇ ਕਰ ਨਹੀਂ ਸਕਦੇ ਸੋਚ ਸਕਦੇ ਨੇ ਪੁੰਨ ਪਾਪ ਕਰ ਨਹੀਂ ਸਕਦੇ ਸੋਚ ਸਕਦੇ ਨੇ ਪੁੰਨ ਪਾਪ ਅਸੀਂ ਸੋਚਦੇ ਹਾਂ ਕਰਦੇ ਨਹੀਂ ਸੋਚਣ ਦੀ ਸਾਨੂੰ ਨੁਕਸਾਨ ਹੈ ਸੋਚਣ ਨੂੰ ਪਾਪ ਕਿਹਾ ਹੋਇਆ ਜੋ ਪਾਪ ਅਸੀਂ ਸੋਚਿਆ ਸੀ ਉਹ ਹੋਇਆ ਨਹੀਂ ਜੋ ਕੰਮ ਅਸੀਂ ਸੋਚਿਆ ਸੀ ਉਹ ਹੋਇਆ ਨਹੀਂ ਉਹ ਪਾਪ ਸੀ ਕਿ ਉਹ ਪਾਣੀ ਤੋਂ ਖਿਲਾਫ ਸੀ ਉਹ ਇਸ ਕਰਕੇ ਮਨ ਨੂੰ ਲੜਨਾ ਵੀ ਸੋਚਣ ਦੀ ਕੋਈ ਲੋੜ ਨਹੀਂ ਤੈਨੂੰ ਸੋਚਣਾ ਬੰਦ ਕਰ ਮਨ ਸੋਚਣ ਤੇ ਨਹੀਂ ਹੜਦਾ ਜੇ ਸੋਚਣ ਤੇ ਹੜ ਗਿਆ ਮਨ ਮਰ ਜਾਂਦਾ ਮਨ ਨੂੰ ਮਰਨ ਵਾਸਤੇ ਬੁਲਾਉਣਾ ਆਹ ਲੜਨਾ ਮਰਨ ਵਾਸਤੇ ਕੌਣ ਬੰਦੇ ਮਨ ਕਬੂਲ ਨਹੀਂ ਕਰਦਾ ਮਨ ਜੇ ਚੁੱਪ ਹੋ ਗਿਆ ਨਾ ਸੋਚਣਾ ਬੰਦ ਕਰਤਾ ਮਰ ਗਿਆ ਇਹ ਜਾਣਾ 24 ਘੰਟੇ ਦੀ ਲੜਾਈ ਵਿੱਚ ਇਹ ਬੰਦੂਗਾ ਹੈ ਲੜਾਈ ਸਮਝਾਉਣਾ ਹੀ ਹੈ ਗੁਰ ਉਪਦੇਸ਼ ਅੱਗੇ ਗੁਰ ਉਪਦੇਸ਼ ਹੀ ਕਾਲ ਸਿਰ ਜੁੜੇ ਗੁਰ ਉਪਦੇਸ਼ ਕਾਲ ਸੋ ਜੁੜੇ ਕਾਲ ਜਿਹੜੀ ਕਲਪਨਾ ਹੈ ਕਾਲ ਕਲਪਨਾ ਦਾ ਹੁਣ ਵੀ ਮੰਨਦੇ ਵੀ ਜਿਹੜੀ ਕਲਪਨਾ ਹੈ ਉਹਦੇ ਨਾਲ ਜੂਝੇ ਉਹਨੂੰ ਜੁੜ ਦੌਲਤੀ ਜੁੜ ਗਏ ਨਾ ਜਿਵੇਂ ਦੋ ਕਤਾਰਾਂ ਮੂੰਹ ਜੁੜੇ ਬਾਬੂ ਜੁੜ ਜਾਂਦੇ ਨੇ ਜਾਂ ਲੜਾਈ ਹੁੰਦੀ ਹੈ ਆਪੋ ਸਾਹਮਣੇ ਕਲਪਨਾ ਦੀ ਮੁਖਾਲਫਤ ਕਰੇ ਸੋਚਣ ਦੀ ਮੁਖਾਲਫਤ ਕਰੇ ਕਾਲ ਕਲਪਨਾ ਦਾ ਨਾਮ ਹੀ ਹੈ ਜਿਹੜਾ ਕਾਲ ਪੁਰਖ ਲੱਭਦਾ ਨਾ ਕਾਲ ਪੁਰਖ ਜਬਲ ਬੰਨਾ ਹੁਕਮ ਆਇਆ ਨਾ ਜਿਹੜਾ ਸਾਡਾ ਆਪਣਾ ਹੁਕਮ ਹੈ ਨਾ ਆਪਣਾ ਭਾਣਾ ਉਹ ਕਾਲ ਹੈ ਅਸਲ ਚ ਪਰਮੇਸ਼ਰ ਦਾ ਭਾਣਾ ਕਾਲ ਨਹੀਂ ਹੈ ਉਹਦਾ ਮਨ ਲਿਖਾ ਕੇ ਮੰਡਲ ਚ ਆਇਆ ਹੋਇਆ ਉਹਦਾ ਤਾਂ ਟਾਈਮ ਬਾਉਂਡ ਹੈ ਉਹ ਕਾਲ ਕਾਲ ਹੈ
ਉਹ ਤਾਂ ਵਿਆਹ ਹੈ ਲੈ ਕੇ ਆਏ ਵਿਆਹ ਪੂਰੀ ਹੋ ਗਈ ਉਹ ਰਿਟਾਇਰਮੈਂਟ ਦੀ ਵਿਆਹ ਹੈ ਇੱਕ ਜਦੋਂ ਕਿਸੇ ਨੂੰ ਨੌਕਰੀ ਮਿਲਦੀ ਹੈ ਰਿਟਾਇਰਮੈਂਟ ਦੀ ਉਹਦੀ ਮਿਆਦ ਆ ਵਿਆਹ ਆ ਗਈ ਉਹਦੇ ਕਾਲ ਕਾਲਾ ਹੋ ਗਿਆ ਜਦੋਂ ਉਹਦੀ ਮਿਆਦ ਆ ਗਈ ਵਿਆਹ ਪੂਰੀ ਹੋ ਗਈ ਕਿਸੇ ਨੇ ਪੈਸੇ ਬੈਂਕ 'ਚ ਜਮ੍ਹਾਂ ਕਰਾਏ ਨਾ ਕਢਾਈ ਜਾਂਦਾ ਜਦੋਂ ਉਹਦਾ ਖਾਤਾ ਡਿੱਲ ਹੋ ਗਿਆ ਖਤਮ ਹੋਏ ਸਾਹ ਨੇ ਡਿੱਲ ਹੋ ਗਏ ਟਾਈਮ ਹੈ ਜਿੰਨੀਆਂ ਘੜੀਆਂ ਘੰਟੇ ਲਿਖੇ ਹੋਏ ਨੇ ਦਿਨ ਬਸ ਲਿਖੇ ਨੇ ਪੂਰੇ ਹੋ ਗਏ ਖਾਤਾ ਇੰਨਾ ਲੋਕ ਹੈ ਜਦ ਕਿਸੇ ਦਾ ਉਹਦੇ 'ਚ ਕੀ ਦੋਸ਼ ਹੈ ਸਾਡਾ ਆਪਣਾ ਜਿਹੜਾ ਹੁਕਮ ਹੈ ਨਾ ਬਣ ਪਾਉਂਦਾ ਉਹ ਸਾਡਾ ਕਾਲ ਹੈ ਜੇ ਹੁਕਮ ਬੰਦ ਕਰ ਦਈਏ ਅਸੀਂ ਹੁਕਮ ਦਾ ਇਹਦਾ ਗਲ ਘੁੱਟ ਦਈਏ ਕਾਲ ਹੀ ਨਹੀਂ ਹੈ ਫਿਰ ਜਿਹੜਾ ਕਾਲ ਪੁਰਖ ਦਾ ਮਰਦਾ ਮਾਣ ਕੇ ਹੈ ਨਾ ਆਪਣੀ ਕਲਪਨਾ ਜਿਹੜੀ ਹੈ ਮਨ ਦਾ ਮਾਣ ਮਨ ਨੂੰ ਮਾਣ ਹੁੰਦਾ ਪਰਮੇਸ਼ਰ ਦਾ ਮਾਣ ਹੈ ਹੀ ਨਹੀਂ ਪਰਮੇਸ਼ਰ ਨੂੰ ਮਾਣ ਕਿੱਥੇ ਹੈ ਇਹ ਦੋ ਥਾਂ ਹੋਇਆ ਹੋਇਆ ਇੱਕ ਇਹਦਾ ਮਾਣ ਜਿਹੜਾ ਮਨ ਨੂੰ ਹੈ ਸਾਧੋ ਮਨ ਕਾ ਮਾਣ ਕੇ ਅੱਗੋ ਮਾਣ ਮਨ ਨੂੰ ਹੈ ਮਨ ਆਪਣਾ ਕਾਲ ਮਾਣ ਛੱਡ ਦੇਵੇ ਵੀ ਮੈਂ ਆਹ ਕਰ ਸਕਦਾ ਮੈਂ ਉਹ ਕਰ ਸਕਦਾ ਮੇਰਾ ਕੀ ਤਾਂ ਹੋਜੂ ਮੇਰਾ ਕੀ ਤਾਂ ਹੋਜੂ ਇਹ ਛੱਡ ਦੇ ਇਹ ਜੀਵਨ ਮੁਕਤ ਹੈ ਜੀਵਨ ਮੁਕਤ ਕਾਲ ਤੇ ਫਿਰ ਚਲਾ ਗਿਆ ਇਹਦਾ ਆਪਣਾ ਸਾਡਾ ਆਪਣਾ ਹੁਕਮ ਹੀ ਕਾਲ ਪੁਰਖ ਹੈ ਸਾਡਾ ਆਪਣਾ ਜਿਹੜਾ ਹੁਕਮ ਹੈ ਆਪਣਾ ਭਾਣਾ ਜਿਹੜਾ ਆਪਣੇ ਭਾਣੇ ਚੱਲੇ ਭਾਈ ਵਿਛੜ ਚੋਟਾਂ ਚੋਟ ਕਾਹਦੀ ਅਕਾਲ ਦੀ ਚੋਟ ਹੈ ਮੌਤ ਦੀ ਚੋਟ ਹੈ ਉਹਦੀ ਤਾਂ ਚੋਟ ਹੈ ਜਮਕਾ ਡੰਡ ਉਹੀ ਤਾਂ ਡੰਡ ਹੈ ਜਮਕਾ ਇਹ ਮਰਨਾ ਚਾਹੁੰਦਾ ਨੀ ਜੋ ਮਰਨਾ ਚਾਹੁੰਦਾ ਨੀ ਲਿਖਾ ਕੇ ਆਇਆ ਹੋਇਆ ਮਰਨਾ ਤੇ ਬਾਕੀ ਤਾਂ ਹੋਇਆ ਨਾ ਫਿਰ ਤੂੰ ਤਾਂ ਹੁਣ ਆ ਜਾਣੇ ਫਿਰ ਇਹ ਕਹਿੰਦਾ ਮੈਂ ਤਾਂ ਹਸਪਤਾਲ ਚ ਦਾਖਲ ਹੋ ਜਾਊਗਾ ਦਵਾਈ ਲਿਆਊਗਾ ਉਹ ਕਹਿੰਦੇ ਅਸੀਂ ਦਵਾਈ ਬਣਾ ਲਾਂਗੇ ਅਮਰ ਹੋ ਜਾਵਾਂਗੇ ਇਹ ਜਿਹੜੀਆਂ ਗੱਲਾਂ ਕਰਦੇ ਸਰੀਰ ਰੱਖ ਲਾਂਗੇ ਜਿਹੜੇ ਆਦਮੀ ਉਹਨਾਂ ਦੇ ਖਿਲਾਫ਼ ਬੋਲੀ ਹੋਈ ਪੰਕਤੀ ਹੈ ਜਿਹੜੇ ਪ੍ਰਚਾਰ ਕਰਦੇ ਨੇ ਸਾਡੇ ਸਰੀਰ ਫਲਾਨਾ ਚਲਾ ਗਿਆ ਢੀਂਗੜਾ ਚਲਿਆ ਗਿਆ ਉਹਨਾਂ ਦੇ ਖਿਲਾਫ਼ ਇਹ ਹੈਗਾ ਇਹ ਮਾੜਾ ਵਾਲੇ ਸੰਤਾਂ ਦੇ ਝੂਠੇ ਧਰਮਾਂ ਦੇ ਖਿਲਾਫ਼ ਹੈ ਪੰਕਤੀ ਇਹ ਕਾਲਪੁਰਖਾ ਮਰਦਾ ਬਹੁਤ ਕਲਪਨਾ ਮਨ ਦਾ ਮਾਣ ਮਾਰਤਾ ਮਨ ਨੂੰ ਜਿੱਤ ਲਿਆ ਮਨ ਨੂੰ ਲੜੇ ਕਿਹਾ ਨੂੰ ਪਹਿਲਾਂ ਮੁੱਲਾ ਜੋ ਮਨਸੋ ਲੜੇ ਮਨ ਨਾਲ ਲੜਿਆ ਮਨ ਜਿੱਤ ਲਿਆ ਮਨ ਜਿੱਤੇ ਜਗ ਜੀਤ ਉਹ ਜਗ ਨੂੰ ਜਿੱਤਾਂ ਮਨ ਨੂੰ ਜਿੱਤਣ ਛੋਟੀ ਜਿਹੀ ਗੱਲ ਨਹੀਂ ਹੈ ਮਨ ਦਾ ਹੁਕਮ ਛੋਟੀ ਗੱਲ ਨਹੀਂ ਪਰਮੇਸ਼ਰ ਦੇ ਖਿਲਾਫ਼ ਜੇ ਮਨ ਦਾ ਸਾਡਾ ਆਪਣਾ ਹੁਕਮ ਖੜਾ ਸਾਡਾ ਜਿਹੜਾ ਆਪਣਾ ਹੁਕਮ ਹੈ ਨਾ ਆਪਣੀ ਮਰਜ਼ੀ ਹੈ ਇਹਦਾ ਨਾਮ ਓਂਕਾਰ ਹੈ ਇਹ ਨਾਮ ਦੇ ਮੁਕਾਬਲੇ ਚ ਖੜਾ ਛੋਟੀ ਗੱਲ ਨਹੀਂ ਹੈ ਸਭ ਤੋਂ ਸ਼ਕਤੀਸ਼ਾਲੀ ਆਪਣਾ ਹੁਕਮ ਆਪਣਾ ਭਾਵੇਂ ਬੁੱਧੀ ਨੂੰ ਇਹ ਕਿਸੇ ਪਾਸੇ ਹਿੱਲਣੇ ਨਹੀਂ ਦਿੰਦਾ ਬੁੱਧੀ ਦਾ ਨਾਸ਼ ਕੀਤਾ ਪਿਆ ਇਹਨੇ ਲਗਾਤਾਰ ਜੀਵਨ ਜਿਹੜਾ ਵਰਤਦਾ ਰਹਿੰਦਾ ਹੈ ਇੱਥੇ ਆ ਕੇ ਜੋ ਇੱਛਾ ਪੈਦਾ ਹੁੰਦੀ ਹੈ ਮਨ ਚ ਬਾਗੀ ਹੋ ਜਾਂਦਾ ਮੈਂ ਵਾਸੀ ਰਾਜਾ ਹੋ ਜਾਂਦਾ ਸਾਰਾ ਜੀਵਨ ਖਰਾਬ ਕਰ ਦਿੰਦਾ ਬੁੱਧ ਦੀ ਬੇ ਜਾਣ ਨਹੀਂ ਦਿੰਦਾ ਚਿੱਤਰ ਬੁੱਧ ਦੀ ਇੱਥੇ ਹੀ ਕਿਹਾ ਸਿੰਧ ਅੰਦਰਲਾ ਸਿੰਧ ਹੈ ਚਿੱਤ ਸਿੰਧ ਹੈ ਨਾ ਸਿੰਧ ਨੂੰ ਆਜ ਕੇ ਬਸ ਕਿਹਨੂੰ ਆ ਕੇ ਹਰ ਉਹ ਸ਼ੇਰ ਨੂੰ ਬੱਕਰੇ ਬਚ ਕਰਤਾ ਸ਼ੇਰ ਪਿੰਜਰੇ ਜਾਂ ਬੱਕਰਾ ਬਾਹਰ ਛੱਡਤਾ ਚੁਗਲ ਉਹ ਪਿੰਜਰੇ ਵਾਲਾ ਬੱਕਰੇ ਨੂੰ ਦੱਸ ਕੀ ਕਰੇ ਉਹ ਤਾਂ ਪਿੰਜਰੇ ਚ ਬੰਦ ਹੈ ਉਹ ਜਾ ਨਹੀਂ ਸਕਦਾ ਉੱਥੇ ਛੱਡ ਕੇ ਉਹਦਾ ਸਾਹ ਲੈਂਦਾ ਉਹ ਨਹੀਂ ਆ ਸਕਦਾ ਛੱਡ ਕੇ ਪਿੰਜਰੇ ਨੂੰ ਜੇ ਛੱਡ ਕੇ ਜਾਊਗਾ ਫਿਰ ਤਾਂ ਬੱਕਰਾ ਮਰੂਗਾ ਹੀ ਜੇ ਬੱਕਰਾ ਮਰ ਗਿਆ ਫਿਰ ਉਹ ਤਾਂ ਸਰੀਰ ਵੀ ਚਲਾ ਗਿਆ ਫਿਰ ਉਹਨੇ ਕੀ ਕਰਨਾ ਫਿਰ ਖੇਡਾ ਖਤਮ ਹੋ ਗਿਆ ਉਹ ਪਿੰਜਰੇ ਜੋ ਬਾਹਰ ਨਹੀਂ ਜਾ ਸਕਦਾ ਛਾਤੀ ਚੋਂ ਛਾਤੀ ਪਿੰਜਰਾ ਹਾਂ ਇਹ ਪਿੰਜਰੇ ਮੇਰਾ ਸੌ ਵਸਾ ਹੈ ਬਸ ਕੀ ਕਰਦਾ ਉਹਦਾ ਪਿੰਜਰੇ ਚ ਬੰਦ ਕਰਦਾ ਬੱਕਰਾ ਛੱਡਦਾ ਬਾਹਰ ਚੋਣ ਬੱਕਰੇ ਦੀ ਮਰਜ਼ੀ ਹੈ
ਸ਼ੇਰ ਦੇ ਨਹੀਂ ਉਭਰਦਾ, ਉਹਨੂੰ ਪਤਾ ਵੀ ਸ਼ੇਰ ਦਾ ਮੇਰੇ ਪਿੱਛੇ ਗਲੇ ਨਹੀਂ ਲੱਗਦਾ, ਇਸ ਕਰਕੇ ਪਰਵਾਹ ਨਹੀਂ ਕਰਦਾ ਚਿੱਤ ਦੀ ਮਨ। ਬੁੱਧੀ ਦੇ ਗਹਿਣੇ ਚ ਨਹੀਂ ਹੈ, ਬੁੱਧੀ ਇਹਦੇ ਮਗਰ ਲੱਗੀ ਹੋਈ ਹੈ, ਇਸ ਕਰਕੇ ਮਨ ਵਿੱਚ ਰਾਮ ਚੰਦ ਉਹ ਸ਼ੇਰ ਬੈਠਾ ਰਾਮ ਚੰਦ ਝੂਰਦਾ ਹੀ ਹੈ ਹੁਣ ਪਿੰਜਰੇ ਚ, ਮੈਂ ਬੁਰਾ ਫਸਿਆ। ਜੇ ਸਾਹ ਛੱਡਦਾ ਤਾਂ ਗਈ ਕੱਢ, ਫਿਰ ਸਰੀਰ ਗਿਆ, ਸਰੀਰ ਗਿਆ ਫਿਰ ਕਰਨਾ ਕੀ ਹੈ, ਇਹ ਦੋਵੇਂ ਮੇਰੀ ਗੱਲ ਸੁਣਦੇ ਨੀ। ਸੀਤਾ ਲਛਮਣ ਜੋਗ ਇਹ ਦੋਵੇਂ ਇੱਕ ਹੋਏ ਹੋਏ ਨੇ, ਮੇਰੀ ਸੁਣਦਾ ਕੋਈ ਨੀ। ਗੱਲਾਂ ਇਹ ਨੇ ਸੀਤਾ ਲਛਮਣ ਪਤਾ ਨੀ ਕਿਹੜਾ ਲਈ ਫਿਰਦੇ ਨੇ, ਇਹਨਾਂ ਦਾ ਸੀਤਾ ਲਛਮਣ ਉਹੀ ਰਾਮਾਇਣ ਵਾਲਾ ਹੋ ਗਿਆ, ਉਹ ਤਾਂ ਸ਼ੁੱਧ ਕੀਤੀ ਹੈ, ਰਾਮਾਇਣ ਗਲਤ ਲਿਖੀ ਹੋਈ ਹੈ। ਆਈ ਹੈ ਰਾਮ ਕੀ ਕਥਾ, ਇਹ ਹਰ ਕੀ ਕਥਾ ਇਹੀ ਹੈ ਸਭ ਤੋਂ ਉੱਤਮ। ਹਰ ਕੀ ਕਥਾ ਪੰਜਵੇਂ ਪਾਤਸ਼ਾਹ ਨੇ ਕਿਹਾ, ਤਾਂ ਕਬੀਰ ਨੇ ਰਾਜਾ ਰਾਮ ਕੀ ਕਹਾਣੀ ਨੂੰ ਕਿਹਾ, ਉਹਨੇ ਰਮਾਇਣ ਬਣਾਈ ਹੈ, ਜਾਣੀ ਜਾਣੀ ਦੇ ਰਾਜਾ ਰਾਮ ਕੀ ਕਹਾਣੀ, ਉਹਨੇ ਰਾਮ ਕੀ ਕਹਾਣੀ ਕਿਹਾ, ਉਹਨੇ ਨੀ ਕਿਹਾ ਹੈਗਾ ਹਰ ਕੀ ਕਥਾ। ਹਰ ਕੀ ਕਥਾ ਕਿਉਂ ਕਿਹਾ ਪੰਜਵੇਂ ਪਾਤਸ਼ਾਹ ਨੇ, ਉਹਨਾਂ ਨੇ ਕ੍ਰਿਸ਼ਨ ਵਾਲੀ ਝੂਠੀ ਕਰਤੀ ਮਹਾਂਭਾਰਤ, ਉਹਨਾਂ ਨੇ ਮਹਾਂਭਾਰਤ ਰਕੀ ਦਾ ਝੂਠੀ ਕਰਦੀ, ਇਹਨਾਂ ਨੇ ਮੈਂ ਝੂਠੀ ਕਰਤੀ ਕਹਿ ਕੇ, ਕ੍ਰਿਸ਼ਨ ਉਹਦੇ ਵਿੱਚ ਆਉਂਦਾ ਨਾ ਮਹਾਭਾਰਤ ਵਿੱਚ ਕ੍ਰਿਸ਼ਨ ਆਊਗਾ, ਗੀਤਾ ਵਿੱਚ ਦੋਵਾਂ ਦੋਵੇਂ ਅੱਡ ਅੱਡ ਸੰਸ਼ੋਧਨ ਕਹਿਤਾ ਵੀ, ਐਚ ਵੀ ਸੰਸ਼ੋਧਨ ਐਚ ਵੀ ਸੰਸ਼ੋਧਨ। ਹਾਂਜੀ ਕਾਲ ਪੁਰਖ ਕਾ ਮਰਦਾ ਮਾਨ, ਕਾਲ ਪੁਰਖ ਕੌਣ ਹੈ, ਕਾਲ ਪੁਰਖ ਮਾਨ ਕਾਲ ਪੁਰਖ ਹੈ, ਕਾਲ ਵਾਸਾ ਹੈ ਨਾ, ਪੁਰਖ ਹੁੰਦਾ ਜਿਹੜਾ ਪੂਰਾ ਸਿਰੇ ਚਾੜ ਦੇਵੇ, ਪੂਰਾ ਕਰ ਦੇਵੇ, ਇਹ ਕਾਲ ਤੱਕ ਪੂਰਾ ਪਹੁੰਚਾ ਦਿੰਦਾ, ਕਾਲ ਤੱਕ ਲੈ ਜਾਂਦਾ ਹੈ, ਕਾਲ ਤੱਕ ਲੈ ਜਾਣ, ਮੌਤ ਤੱਕ ਲੈ ਜਾਣ, ਜੇ ਮੰਨ ਜਾਂਦਾ ਮੌਤ ਤੱਕ ਚਲੇ ਜਾਣਗੇ, ਮੰਨ ਕੇ ਜਿੱਤੇ ਹਰ, ਜੇ ਮੰਨ ਜਿੱਤ ਗਿਆ ਨਾ ਮਰਿਆ ਨਾ ਜੀਵਨ ਦੇ ਵਹਿਜੀ ਹਰ ਗਿਆ, ਫਿਰ ਮੌਤ ਦਾ ਗਰਾਸ ਮੰਨ ਗਿਆ, ਫਿਰ ਭਰਮ ਦੇ ਅੰਡੇ ਚ ਬੰਦੇ ਰਹਿ ਗਿਆ, ਮਰ ਕੇ ਹਾਰੇ ਜੀਤ, ਜੇ ਮਨ ਹਾਰ ਮੰਨ ਗਿਆ, ਜੇ ਬੱਕਰਾ ਬੱਕਰਾ ਕੀ ਹੈ, ਬੱਕਰਾ ਮਾਨ ਹੈ, ਛੱਡਿਆ ਤਾਂ ਜ਼ਰੂਰ ਬਾਹਰ ਹੋਇਆ, ਸ਼ੇਰ ਤੋਂ ਵੱਗ ਗਈ ਹੈ, ਪਰ ਕੁੱਤੇ ਵੀ ਮਗਰ ਲੱਗੇ ਨੇ, ਜਿਹੜੇ ਬਕਾਲ ਨੇ ਕੁੱਤੇ ਨੇ ਇਹਦੇ ਮਗਰ, ਕੁੱਤੇ ਵੀ ਲਾਏ ਨੇ ਮਗਰ, ਖਤਰਾ ਕੁੱਤਿਆਂ ਦਾ ਹੈਗਾ ਇਹਨੂੰ, ਕੁੱਕਰ ਲਾਇਆ ਨੇ ਨਾ, ਤਾਂ ਉਹਨੇ ਕਿਹਾ ਬਈ ਜਿਹੜੇ ਗਿੱਦੜ ਮਗਰ ਲੱਗੇ ਨੇ ਬਾਹਰਲੇ ਕੁੱਤੇ ਗਿੱਦੜੇ ਹੁੰਦੇ ਨੇ, ਜਿੱਦੜੀ ਬੱਕਰਿਆਂ ਨੂੰ ਗਿੱਦੜ ਫੜ ਲੈਂਦੇ ਨੇ ਮਾਰ ਲੈਂਦੇ ਨੇ, ਕੁੱਤੇ ਵੀ ਹੁੰਦੇ ਨੇ ਬਾਹਰ ਜਿੱਦੜੀ। ਉਹ ਕਹਿੰਦਾ ਬਈ ਸਿੰਘ ਦੀ ਸ਼ਰਨ ਆ ਜਾ, ਫਿਰ ਆ ਗਿੱਦੜ ਕੁੱਤਿਆਂ ਤੋਂ ਛੁਡਾਉਂਦੀ ਹੈ, ਜੇ ਸਿੰਘ ਦੀ ਸ਼ਰਨ ਚਲਿਆ ਜਾ ਬਹੁਤ ਬਾਹਰ, ਸ਼ੇਰ ਇੱਕ ਹੈ, ਗਿੱਦੜ ਕੁੱਤੇ ਜ਼ਿਆਦਾ ਨੇ, ਇਹਦੀ ਸ਼ਰਨ ਚਲੇ ਜਾਓ, ਇਹ ਸ਼ਰਨ ਦਾ ਇਹਨੂੰ ਕਹਿੰਦਾ ਸ਼ੇਰ ਕੁਛ ਨਹੀਂ ਹੈਗਾ, ਸ਼ਰਨ ਆਏ ਤੇ ਸਰ ਕੰਠ ਲਾਏ, ਲੇਕਿਨ ਇਹ ਸਮਝ ਆ ਗਈ ਵੀ ਜਿਹੜੇ ਸ਼ਰਨ ਚਲਾ ਜਾਂਦਾ ਉਹਨੂੰ ਨੀ ਕੁਛ ਕਹਿੰਦਾ ਹੈ, ਖੁਦਾ ਨੀ ਹੈ ਸ਼ੇਰ, ਐਵੇਂ ਡਰ ਲੱਗਦਾ, ਫਿਰ ਉਹ ਬਸ ਭੱਜ ਕੇ ਸ਼ਰਨ ਚਲਾ ਜਾਂਦਾ, ਇਹ ਗੱਲ ਸਮਝ ਕੇ ਸ਼ੇਰ ਦੀ ਛੱਡ ਚਲਾ ਜਾਂਦਾ, ਫਿਰ ਗਿੱਦੜ ਕੁੱਤਿਆਂ ਦਾ ਡਰ ਨਹੀਂ ਰਹਿੰਦਾ, ਫਿਰ ਬਾਲ ਦਾ ਡਰ ਨਹੀਂ ਰਹਿੰਦਾ ਇਹਨੂੰ, ਇਸ ਕਰਕੇ ਇੱਕ ਭੈ ਹੈ ਜਿਹੜੀ, ਇੱਕ ਭੈ ਕਬੀਰ ਕਹਿ ਰਿਹਾ ਨਾ, ਇੱਕ ਭੈ ਕਿਹਦੀ ਹੈ ਸ਼ੇਰ ਦੀ, ਵੱਡੀ ਭੈ ਸ਼ੇਰ ਦੀ ਹੈ, ਜੇ ਇਹ ਭੈ ਨੂੰ ਮੰਨ ਲਵੇ ਤਾਂ ਜਿਹੜੀ ਬਹੁਤੇ ਆ ਜਾਨਵਰਾਂ ਦੀ ਭੈ ਹੈ ਬਾਲ ਲਈ ਉਹ ਖਤਮ ਹੋ ਜਾਂਦੀ ਹੈ, ਇਸੇ ਨੂੰ ਕਹਿੰਦਾ ਡੱਡਾ ਡਰ ਉਪਜਾ ਡਰ ਜਾਈ, ਜੇ ਡਰ ਪੈਦਾ ਹੋ ਜਾ ਭਾਣੇ ਜਾ ਹੁਣ ਦਾ ਸ਼ੇਰ ਦਾ ਡਰ ਚੱਕਿਆ ਜਾਵੇ, ਸਾਰੇ ਡਰ ਜਿਹੜੇ ਨੇ ਬਾਕੀ ਜਾਨਵਰਾਂ ਦੇ ਸਾਰੇ ਖਤਮ ਹੋ ਜਾਂਦੇ, ਕੋਈ ਡਰ ਵੀ ਨਹੀਂ ਰਹਿੰਦਾ, ਸੰਸਾਰ ਦਾ ਕੋਈ ਡਰ ਰਹਿੰਦਾ ਹੀ ਨਹੀਂ, ਸੰਸਾਰ ਚ ਡਰ ਬਹੁਤੇ ਨੇ, ਭਾਣੇ ਦਾ ਡਰ ਇੱਕੋ ਹੀ ਹੈ। ਇਹ ਗੱਲ ਉਪਦੇਸ਼ ਦੇ ਵਿੱਚੋਂ ਪਤਾ ਲੱਗਦਾ, ਇਹ ਗੁਰ ਉਪਦੇਸ਼ ਹੈ, ਇਹ ਕਹਿ ਰਹੇ ਨੇ ਗੁਰ ਉਪਦੇਸ਼ ਕਾਲ ਸਿਉ ਜੁੜੇ, ਕਾਲ ਸਿਉ ਜੁੜੇ,
ਕਾਲ ਨੂੰ ਮਨ ਨਾਲ ਜੁੜ ਜਾਵੇ ਸਮਝਾਉਣ ਨੂੰ, ਮਨ ਨੂੰ ਸਮਝਾਉਣਾ ਸਮਝਾਉਣਾ ਲੜਨਾ ਇੱਕੋ ਗੱਲ ਹੁੰਦੀ ਹੈ, ਸਮਝਾਉਣਾ ਹੀ ਲੜਨਾ ਇਹਦੇ ਨਾਲ। ਘਰ ਵਿੱਚ ਜਿਹੜੀ ਲੜਾਈ ਹੁੰਦੀ ਇੱਕ ਦੂਜੇ ਨੂੰ ਸਮਝਾਈ ਦਾ ਹੁੰਦਾ ਵੀ ਆਹ ਗੱਲ ਐਂ ਨੀ ਸੀ, ਐਂ ਉਹਨੂੰ ਚਾਹੇ ਲੜਾਈ ਕਹਿ ਲਓ ਚਾਹੇ ਸਮਝਾਉਣਾ ਕਹਿ ਲਓ, ਇੱਥੇ ਵਿਰੋਧੀ ਵਾਰਤਾ ਲਾ ਦੋ ਲੜਾਈ ਹੁੰਦੀ ਹੈ, ਗਿਆਨ ਖੜਕ ਦੀ ਵੀ ਉਹੀ ਲੜਾਈ ਹੈ, ਚਾਹੇ ਉਹਨੂੰ ਡਿਬੇਟ ਕਹਿ ਲਓ ਸਿੱਧਾ ਨਾਲ ਜੋਗੀਆਂ ਨਾਲ ਗੁਰੂ ਨਾਨਕ ਦੀ ਜਾਂ ਭਗਤਾਂ ਦੀ, ਪੰਡਤਾਂ ਨਾਲ ਪਾਂਡਿਆਂ ਨਾਲ, ਚਾਹੇ ਉਹਨੂੰ ਲੜਾਈ ਕਹਿ ਲਓ ਵਡਮੁੱਖਾਂ ਨਾਲ ਚਾਹੇ ਲੜਾਈ, ਗਿਆਨ ਚਰਚਾ ਜਿਹੜੀ ਹੈ ਇਹ ਕਿਸਮ ਦੀ ਲੜਾਈ ਹੁੰਦੀ ਹੈ। ਪਰ ਕੋਲਡ ਵਾਰ ਹੈ, ਇਹਨੂੰ ਕੋਲਡ ਵਾਰ ਕਹਿੰਦੇ ਨੇ, ਜਿਹੜੀ ਦੂਜੀ ਗਰਮ ਹੋ ਜਾਂਦੀ ਹੈ ਉਹ ਫਿਰ ਛੇਵੇਂ ਪਾਤਸ਼ਾਹ ਨੇ ਲੜੀ, ਉਹ ਫਿਰ ਬਾਅਦ ਚ ਲੜੀ, ਉਹ ਗਰਮ ਹੁੰਦੀ ਹੈ, ਉੱਥੇ ਬੰਦੂਕਾਂ ਤੋਪਾਂ ਉੱਥੇ ਪਸੀਨਾ ਆਉਂਦਾ, ਇਹ ਪਸੀਨਾ ਨਹੀਂ ਆਉਂਦਾ। ਹਾਂਜੀ, ਕਾਲ ਪੁਰਖ ਕਾ ਮਰਦਾ ਮਾਨ ਇਸ ਮੁੱਲਾ ਕੋ ਸਦਾ ਸਲਾਮ, ਜਿਹੜਾ ਕਾਲ ਪੁਰਖ ਦਾ ਮਾਨ ਮਰ ਦੇਵੇ, ਜਿਹੜਾ ਜਾਣੀ ਜੀਵਨ ਮੁਕਤ ਜਿਹੜਾ ਮਨ ਨੂੰ ਸਮਝਾ ਲਵੇ, ਇਹ ਸਮਝ ਲਓ ਮਨ ਨੂੰ ਬਣਾ ਲਵੇ ਆਪਣੇ ਨੂੰ, ਮਨ ਦੀ ਵਜ੍ਹਾ ਨਾਲ ਕਾਲ ਹੈ, ਕਾਲ ਦੇ ਚੱਕਰ ਚ ਮਨ ਦੀ ਵਜ੍ਹਾ ਨਾਲ ਸੀ। ਆਹ ਜਿਹੜਾ ਤਿੰਨ ਲੋਕ ਨੇ, ਤਿੰਨ ਲੋਕ ਕਾਲ ਦੇ ਬਸ ਨੇ, ਸੱਚਖੰਡ ਤੇ ਤਾਂ ਕਾਲ ਦਾ ਰਾਜ ਹੈ ਨੀ, ਜਿੱਥੇ ਤੱਕ ਮਾਇਆ ਉੱਥੇ ਤੱਕ ਕਾਲ ਹੈ, ਮਾਇਆ ਮਨ ਨਹੀਂ ਛੱਡਦਾ, ਮਾਇਆ ਮਨ ਦਾ ਮਿਸਰ ਹੈ, ਜੇ ਮਾਇਆ ਦਾ ਮੋਹ ਤਿਆਗ ਦੇਵੇ ਮਨ ਤਾਂ ਇਹਦੀ ਜਿਹੜੀ ਕਲਪਨਾ ਇੱਛਾ ਆਪੇ ਬੰਦ ਹੋ ਗਈ, ਮਾਇਆ ਦੀ ਇੱਛਾ ਬੰਦ ਹੋ ਜਾਏ, ਇਹ ਚੋ ਮਾਇਆ ਬਾਰੇ ਸੋਚਣਾ ਹੀ ਬੰਦ ਕਰ ਦੇਵੇ। ਬਸ ਇਹੀ ਗੱਲ ਹੈ, ਕਾਲ ਦੇ ਚੱਕਰ ਚ ਬਾਹਰ ਚਲਾ ਗਿਆ, ਕਾਲ ਪੁਰਖ ਕਾ ਮਰਦਾ ਤਿਸ ਮੁੱਲਾਂ ਕੋ ਸਦਾ ਸਲਾਮ, ਤਿਸ ਪੰਡਤ ਕੋ ਸਦਾ ਆਦੇਸ਼, ਉੱਥੇ ਪੰਡਤ ਨੂੰ ਆਦੇਸ਼ ਦੀ ਗੱਲ ਕੀਤੀ, ਇੱਥੇ ਮੁੱਲਾਂ ਦੀ ਗੱਲ ਕੀਤੀ ਹੈ। ਕਬੀਰ ਕਹਿ ਰਿਹਾ ਤਿਸ ਮੁੱਲਾਂ ਕੋ ਸਦਾ ਸਲਾਮ, ਪੰਜਵੇਂ ਪਾਤਸ਼ਾਹ ਕਹਿ ਤਿਸ ਪੰਡਤ ਕੋ ਸਦਾ ਆਦੇਸ਼, ਸਦਾ ਲਫ਼ਜ਼ ਵਰਤਿਆ ਉੱਥੇ ਸਲਾਮ ਹੈ, ਉੱਥੇ ਆਦੇਸ਼ ਵਰਤਿਆ ਹੈ। ਹਜ਼ੂਰ ਕਦ ਦੂਰ ਬਤਾਵੂ ਦੂੰਦਰ ਬੰਧੂ ਸੁੰਦਰ ਪਾਵੂ, ਹੈ ਹਜ਼ੂਰ ਉਹ ਤਾਂ ਹਰ ਵਕਤ ਹਾਜ਼ਰ ਹੈ ਤੁਹਾਡੇ ਨਾਲ, ਖੜਾ ਇਹ ਗੱਲ ਅਲੱਗ ਹੈ ਕਿ ਸਾਡੇ ਕੋਲ ਅੱਖ ਨੀ ਦੇਖਣ ਵਾਲੀ, ਅਸੀਂ ਬਾਹਰ ਨੂੰ ਜਾਗਦੇ ਹਾਂ, ਬਾਹਰ ਨੂੰ ਜਾਗਦੇ ਹਾਂ, ਉਹ ਪਿੱਠ ਪਿੱਛੇ ਖੜਾ ਹੈ, ਕਿਰਨਾਂ ਨੂੰ ਬਹੁਤ ਕੁਝ ਦਿੰਦਾ ਸੂਰਜਿਆਂ ਨੂੰ, ਪਰ ਸੂਰਜ ਨੀ ਦਿੰਦਾ, ਉਹ ਮੂੰਹ ਦੂਏ ਪਾਸੇ ਨੂੰ, ਬਸ ਇਹੋ ਜਿਹਾ ਗੱਲ ਹੈ, ਮੂੰਹ ਦੂਏ ਪਾਸੇ ਨੂੰ ਬਣਦਾ, ਅੱਖਾਂ ਨਹੀਂ ਦੇਖਦਾ, ਗਿਆਨ ਦੇ ਤੇ ਬਾਹਰ ਨੂੰ ਦੇਖਦਾ, ਸੋਚਦਾ ਬਾਹਰ ਨੂੰ, ਪਿੱਛੇ ਨੂੰ ਨੀ ਦੇਖਦਾ ਤੇਰੀ ਉਤਪਤੀ ਕਿੱਥੋਂ ਹੋਏ, ਅੰਦਰ ਨੂੰ ਨੀ ਧਿਆਨ ਮਾਰ ਕੇ ਦੇਖਦਾ। ਉਹ ਜੇ ਪਿਛੇ ਪਾਸੇ ਨੂੰ ਮੁੜ ਕੇ ਦੇਖੀਏ ਨਾਲੇ ਖੜਾ ਸਾਡੇ, ਦੂੰਦਰ ਵਾਧੂ ਸੁੰਦਰ ਪਾਵੋ, ਸਮੈਲ ਆਉਂਦੀ ਹੈ ਸਾਨੂੰ, ਖੁਸ਼ਬੂ ਆਉਂਦੀ ਹੈ ਫੁੱਲ ਤੋਂ, ਫੁੱਲ ਦੂਰ ਹੁੰਦਾ ਖੁਸ਼ਬੂ ਇੱਥੇ ਆਉਂਦੀ ਹੈ, ਜਿੱਥੇ ਸਾਨੂੰ ਖੁਸ਼ਬੂ ਆਉਂਦੀ ਹੈ ਉੱਥੇ ਲਾ ਕੇ ਫੁੱਲ ਤਾਂ ਖੁਸ਼ਬੂ ਸਾਰੀ ਹੁੰਦੀ ਹੈ, ਇਹ ਨਹੀਂ ਹੈ ਵੀ ਇੱਥੇ ਹੈ ਰਾਜ ਹੈ ਨੀ, ਜਿੰਨੇ ਨੇੜੇ ਜਾਵਾਂ ਖੁਸ਼ਬੂ ਜ਼ਿਆਦਾ ਹੈ, ਫੁੱਲ ਤੋਂ ਲੈ ਕੇ ਜਿੱਥੇ ਤੱਕ ਖੁਸ਼ਬੂ ਮਹਿਸੂਸ ਹੋ ਰਹੀ ਹੈ ਸਾਰੀ ਖੁਸ਼ਬੂ ਹੈ, ਸਾਰੇ ਤਾਂ ਹੀ ਇੱਥੇ ਪਹੁੰਚਦੀ ਹੈ, ਫੁੱਲ ਔਰ ਖੁਸ਼ਬੂ ਕਦੇ ਦੋ, ਸਮੈਲ ਉੱਥੇ ਤੱਕੇ ਹੀ ਹੈ ਫੁੱਲ ਤੱਕੇ, ਫੁੱਲ ਦੇ ਵਿੱਚ ਵੀ ਹੈ ਬਾਹਰ ਵੀ ਹੈ, ਮਨ ਤਾਂ ਉਹਦੇ ਸਮੈਲ ਹੈ, ਮੱਧ ਜੈਸੇ ਬਸ ਬਸ ਤਾਂ ਬਾਸ ਅੰਦਰ ਵੀ ਹੈ ਪੋਪ ਦੇ ਵਿੱਚ, ਫੁੱਲ ਦੇ ਵਿੱਚ ਬਾਸ ਬਾਹਰ ਵੀ ਹੈ, ਜਿਹੜੀ ਬਾਹਰ ਹੈ ਉਹ ਮਨ, ਜਿਹੜੀ ਫੁੱਲ ਦੇ ਬਾਹਰ ਬਾਸ ਹੈ ਉਹ ਮਨ, ਜਿਹੜੀ ਵਿੱਚ ਹੈ ਉਹ ਆਪ ਹੈ, ਵਿਚਾਲੀ ਦਾ ਰੂਪ ਹੋਰ ਹੈ ਬਾਹਰ ਵਾਲੀ ਦਾ ਹੋਰ ਹੈ, ਵਿਚਾਲੀ ਤਾਂ ਕੱਢ ਲੈਂਦੇ ਨੇ ਉਹਦਾ ਬਣਾ ਲੈਂਦੇ ਨੇ ਸੈਂਟ,
ਬਾਹਰ ਵਾਲੀ ਇਕੱਠੀ ਹੋ ਕੇ ਨੀ ਸੰਟ ਬਣਦਾ, ਜਿਹੜੀ ਬਾਹਰ ਆ ਗਈ, ਜਿਹੜੀ ਹਵਾ ਚ ਆ ਗਈ ਉਹਦਾ ਨੀ ਸੰਟ ਬਣਦਾ, ਜਿਹੜੀ ਫੁੱਲ ਦੇ ਵਿੱਚ ਆ ਉਹਦਾ ਬਣ ਜਾਂਦਾ। ਬਕਲੰਦ ਉਹਦਾ ਇਕੱਠ ਹੁੰਦਾ, ਉਹ ਇਕੱਠਾ ਕੀਤਾ ਜਾ ਸਕਦਾ, ਬਾਹਰ ਵਾਲੀ ਦਾ ਨਹੀਂ ਹੁੰਦਾ। ਪਰ ਹੈ ਇੱਕੋ ਹੀ ਚੀਜ਼ਾਂ, ਉਸੇ ਦਾ ਰੂਪ ਹੈ ਅੰਦਰ ਵਾਲੀ ਦਾ ਬਾਹਰ ਵਾਲੀ, ਉਸੇ ਦੇ ਵਿੱਚੋਂ ਆਈ ਹੋਈ ਹੈ। ਮੁਗਰ ਮਾਏ ਜੈਸੇ ਛਾਈ ਤੈਸੇ ਯਾਰ ਵਸੇ ਨਿਰੰਤਰ, ਕਾਢੀ ਖੋਜੋ ਭਾਈ, ਕਾਢੀ ਖੋਜੋ ਭਾਈ। ਦੁੰਦਰ ਬੰਧੂ ਸੁੰਦਰ ਪਾਵੂ, ਦੁੰਦਰ ਕੀ ਹੁੰਦੀ ਹੈ? ਦੁੰਦਰ ਦਾ ਉਧਰੋਂ ਆਵਾਜ਼ ਆਉਂਦੀ ਹੈ, ਉਧਰੋਂ ਆਉਂਦੀ ਹੈ, ਇਧਰੋਂ ਨਜ਼ਾਰਾ ਵੱਜਦਾ, ਉਧਰੋਂ ਵੱਜਦਾ ਜਾਂਦਾ। ਇਹਦਾ ਮਤਲਬ ਜੇ ਇਧਰ ਬੰਦ ਹੋ ਗਏ ਨਜ਼ਾਰੇ, ਇਹਦਾ ਮਤਲਬ ਸਰੈਂਡਰ ਕਰਕੇ ਹੈ। ਇੱਕ ਪਾਸੇ ਤੇ ਤਮਸੇ ਨਜ਼ਾਰੇ ਜਾਂ ਬੰਦ ਹੋ ਗਏ ਨਾ, ਇੱਕ ਧਿਰ ਬਜਾ ਰਹੀ ਹੈ, ਇਹਦਾ ਮਤਲਬ ਦੂਜੀ ਧਿਰ ਨੇ ਹਰ ਬੱਲੀ ਸਰੈਂਡਰ ਕਰ ਗਈ, ਦੂਜੀ ਧਿਰ ਜਵਾਬ ਨਹੀਂ ਦੇ ਰਹੀ, ਕਿਉਂਕਿ ਬਹੁਤ ਦੂਰ ਤੋਂ ਲੜਾਈ ਹੁੰਦੀ ਹੈ, ਦੂਰ ਤੋਂ ਆਵਾਜ਼ ਨਹੀਂ ਹੁੰਦੀ ਹੁੰਦੀ। ਹੁਣ ਤਾਂ ਮੋਬਾਈਲ ਹੋ ਗਏ, ਜਾਂ ਤਾਂ ਹੁੰਦਾ ਨਹੀਂ ਸੀ ਕੋਈ ਵੀ, ਜਾਂ ਤਾਂ ਇਹ ਜੀ ਵੀ ਦੁਬਾਰੇ ਜਾਂ ਤਾਂ ਉਸੇ ਬੰਦ ਹੋ ਗਏ ਨਾ, ਦੂਜੀ ਧਿਰ ਦੇ ਬੰਦ ਸਰੈਂਡਰ ਹੋ ਗਿਆ। ਬਸ ਲੜਾਈ ਉਹਨਾਂ ਨੇ ਚੱਲੇ ਬਈ, ਉਹਨਾਂ ਨੇ ਲੜਾਈ ਬੰਦ ਕਰਤੀ, ਹਾਰ ਮੰਨ ਲਈ, ਫਿਰ ਗੱਲਬਾਤ ਸ਼ੁਰੂ ਹੋ ਜਾਂਦੀ। ਫਿਰ ਬੰਦਾ ਭੇਜ ਕੇ ਉਧਰ ਉਧਰੀ ਗੱਲਬਾਤ ਸ਼ੁਰੂ ਹੋ ਜਾਂਦੀ ਸੀ। ਦੁੰਦਰ ਬੰਨਣੀ ਹੈ ਜਿਹੜੀ ਮਨ ਦੀ ਸੋਰਾ ਬੰਨ ਦੇਣੀ ਹੈ, ਮਨ ਦਾ ਬੋਲਣਾ, ਮਨ ਨੇ ਚੁੱਪ ਧਾਰਨੀ ਹੈ। ਜਿਹਨੇ ਮਨ ਨੂੰ ਬੰਨ ਦਿੱਤਾ, ਚੁੱਪ ਕਰਤਾ, ਇਹਦਾ ਮੂੰਹ ਸੀਲਤਾ, ਮਨ ਦਾ ਮੂੰਹ ਸਿਰਤਾ, ਦੂਜੀ ਆਵਾਜ਼ ਨਿਕਲਣੀ ਬੰਦ ਕਰਤੀ। ਦੁੰਦਰ ਬੰਧੂ ਦੋ ਆਵਾਜ਼ਾਂ ਨੇ ਨਾ ਉਧਰ, ਮਨ ਦੀ ਆਵਾਜ਼ ਜਿਹੜੀ ਹੈਗੀ, ਮਨ ਦਾ ਹੁਕਮ ਹੈ ਜਿਹੜਾ, ਮਨ ਦੀ ਇੱਛਾ ਬੰਦ ਹੋ ਗਈ ਹੈ, ਦੁੰਦਰ ਬੰਦ, ਪਰਮੇਸ਼ਰ ਦੀ ਇੱਛਾ ਰਹਿ ਗਈ ਹੁਣ, ਉਹਦੀ ਇੱਛਾ ਹੈ, ਉਹ ਆਪਣੀ ਇੱਛਾ ਖਤਮ ਕਰਤੀ। ਜਿਹਨੇ ਦੁੰਦਰ ਬੰਧੂ ਬੰਧੀ ਗਈ, ਦੂਜੀ ਸੁਰ ਬੰਧੀ ਗਈ, ਦੁੰਦ ਹੁੰਦਾ, ਦੁੰਦ ਹੁੰਦਾ ਦੋ ਦੇ ਵਿੱਚ ਵਿਰੋਧ, ਵਿਰੋਧ ਜਿਹੜਾ ਸੀ ਖਤਮ ਹੋ ਗਿਆ, ਮਨ ਮਨ ਵਿਰੋਧ ਕਰਨ ਤੇ ਹਟ ਗਿਆ। ਦੁੰਦ ਹੁੰਦਾ ਦੋ ਪਾਸਿਆਂ ਦਾ ਹੀ, ਉਹ ਉਧਰ ਵਾਰ ਕਰਦਾ, ਉਧਰ ਕਰਦਾ, ਪਰਮੇਸ਼ਰ ਦਾ ਵਾਰ ਆ ਰਿਹਾ, ਇਹ ਜਵਾਬ ਨਹੀਂ ਦੇ ਰਿਹਾ, ਸਰੈਂਡਰ ਕਰ ਗਿਆ ਮਨ, ਮਨ ਨੇ ਸਰੈਂਡਰ ਕਰਤਾ, ਮਨ ਦਬਾਵਾਂ ਨਹੀਂ ਵਜਾ ਰਿਹਾ ਆਪਣਾ ਪਾਸਾ, ਉਧਰ ਦਬਾਵਾਂ ਵੱਜ ਰਿਹਾ। ਦਬਾਵਾਂ ਅਸਲ ਜਲ ਵੱਜਦਾ ਹੁੰਦਾ ਜਦ ਫਤਿਹ ਹੋ ਜਾ, ਪਹਿਲਾਂ ਦਬਾਵਾਂ ਨਹੀਂ ਵੱਜਦਾ, ਪਹਿਲਾਂ ਨਜ਼ਾਰਾ ਵੱਜਦਾ, ਨਜ਼ਾਰੇ ਦੋ ਹੁੰਦੇ ਨੇ, ਦਬਾਵਾਂ ਜਲ ਵੱਜਦਾ ਜਾਂ ਜੰਗ ਇੱਕੋ ਰਹਿ ਜਾਂਦਾ, ਫਿਰ ਜੰਗ ਸਮਾਪਤ ਹੋ ਜਾ, ਜਿਹੜੀ ਧਿਰ ਜਿੱਤ ਜਾਂਦੀ ਹੈ ਦਬਾਵਾਂ ਉਹਦਾ ਵੱਜਦਾ। ਗਗਨ ਦਬਾਵਾਂ ਜਾਂ ਵੱਜਿਆ ਨਾ, ਤਾਂ ਵੱਜਿਆ ਜਾਂ ਦੁੰਦ ਖਤਮ ਹੋ ਗਈ, ਦੁੰਦਰ ਜਿਹੜੀ ਸੀ ਜਾਂ ਖਤਮ ਹੋ ਗਈ ਨਾ, ਫਿਰ ਗਗਨ ਦਬਾਵਾਂ ਵੱਜਿਆ। ਦਬਾਵਾਂ ਇੱਕੋ ਹੀ ਹੁੰਦਾ, ਬਹੁਤ ਵੱਡਾ ਹੁੰਦਾ ਆਕਾਰ ਚ, ਜਿਹੜਾ ਨਜ਼ਾਰਾ ਬਹੁਤ ਵੱਡਾ ਹੁੰਦਾ ਆਕਾਰ ਚ, ਇਹ ਡੋਰੂ ਦੇ ਦੋ ਪਾਸੇ ਹੁੰਦੇ ਨੇ, ਉਹ ਦੋ ਨਜ਼ਾਰੇ ਬਣਾ ਲਏ ਘੋੜੇ ਦੇ ਜਿਹੜੇ ਹੁੰਦੇ, ਦੋਹਰੇ ਨਜ਼ਾਰੇ ਕਹਿੰਦੇ, ਘੋੜੇ ਨਜ਼ਾਰੇ ਦੋਹਰੇ ਰਣ ਸੰਦਲ ਵਾਲੇ, ਉਹਦੇ ਦੋਹਰੇ ਨਜ਼ਾਰੇ ਨੇ, ਉਹਨਾਂ ਜੇ ਬਦਲ ਜਿਹਨਾਂ ਚ ਜੰਗ ਚੱਲਦੀ ਹੈ, ਜਾਂ ਦੋਵੇਂ ਪਾਸੇ ਨਜ਼ਾਰੇ ਵੱਜਣ ਜੰਗ ਚੱਲਦੀ ਹੈ ਉਹਦੇ ਚ, ਕੁਰੇ ਨਜ਼ਾਰੇ ਦੋਹਰੇ ਰਾਣ ਸਿੱਧਲ ਵਾਲੇ, ਦੋਹਾਂ ਪਾਸੇ ਦੋ ਨਜ਼ਾਰੇ ਵੱਜਦੇ ਨੇ, ਉਧਰੋਂ ਵੀ ਵੱਜਦੇ ਨੇ ਉਧਰੋਂ ਵੀ ਵੱਜਦੇ ਨੇ, ਤੂੜ ਲਪੇਟੇ ਤੂਹਰੇ ਸਰਦਾਰ ਜਟਾਲੇ, ਤੂੜਾ ਜੋੜ ਗਏ ਬੜਬੜੀਆਂ ਜਟਾਂ ਦੇ ਸਰਦਾਰ ਸੀ ਜਿਹੜੇ, ਇਹ ਦੁੰਦਰ ਉਹੀ ਗੱਲ ਕਹਿ ਰਿਹਾ ਕਿਉਂ, ਉਸੇ ਜੰਗ ਦਾ ਨਕਸ਼ਾ ਹੈ, ਇਸੇ ਦੀ ਵਿਆਖਿਆ ਉੱਥੇ ਹੈ, ਜੇ ਤਾਂ ਪਤਾ ਹੁੰਦਾ ਇਹ ਕੀ ਕਹਿੰਦਾ ਫਿਰ ਤਾਂ ਉਹਦੇ ਅਰਥ ਕਰਦੇ, ਨਾ ਉਹਦਾ ਪਤਾ ਨਾ ਇਹਦਾ, ਇਹਦਾ ਵੀ ਪਤਾ ਨਹੀਂ ਉਹਦਾ, ਕਿਵੇਂ ਪਤਾ ਲੱਗਦਾ। ਦੁੰਦਰ ਬੰਧੂ ਸੁੰਦਰ ਬਾਬੂ, ਫਿਰ ਕੀ ਹੈ, ਸੁੰਦਰ ਕੌਣ ਹੈ, ਰਮਈਆ ਸਾਹਮਣੇ, ਸੁੰਦਰ ਰਮਈਆ, ਮੇਰਾ ਮਨ ਲੱਗਾ ਤੋਹੇ, ਜਦ ਮਨ ਮੰਨ ਗਿਆ ਲੜਾਈ ਬੰਦ ਕਰਤੀ, ਬੁੱਧੀ ਉੱਥੇ ਸਰੈਂਡਰ ਹੋ ਗਈ ਜਾ ਕੇ,
ਬੰਦੂ ਲੈ ਕੇ ਉਹ ਸੈਂਟਰ ਹੋ ਗਈ ਫਿਰ ਕਹੇ ਮਨ ਤਾਂ ਬੋਲਦਾ ਹੀ ਨਹੀਂ ਨਾ ਮਨ ਉੱਥੇ ਜਾ ਕੇ ਵੀ ਨਹੀਂ ਬੋਲਦਾ ਫਿਰ ਇਕੱਲੀ ਬੁੱਧੀ ਬੋਲਦੀ ਆ ਮਨ ਨਹੀਂ ਬੋਲਦਾ ਉਹਦੇ ਬਾਅਦ ਬੁੱਧੀ ਦੀ ਆਵਾਜ਼ ਨਿਕਲੂਗੀ ਗੁਰਬਾਣੀ ਚ ਬੰਦ ਦੀ ਆਵਾਜ਼ ਹੈ ਹੀ ਨਹੀਂ ਕਿਤੇ ਉਹ ਤਾਂ ਪਹਿਲਾਂ ਪਹਿਲਾਂ ਬੰਦ ਦੀ ਆਵਾਜ਼ ਆਊ ਕਿਤੇ ਜਦੋਂ ਅਸੀਂ ਅਰਥ ਕਰਦੇ ਨੇ ਗੁਰਬਾਣੀ ਦੇ ਚੱਲੋ ਬੰਦ ਕਹੇ ਵੀ ਮਨ ਉਹ ਤੋਂ ਬਾਅਦ ਬੋਲਿਆ ਹੀ ਨਹੀਂ ਹੈ ਆਵਾਜ਼ ਬਣਦੀ ਹੋਈ ਨਹੀਂ ਸਕਦੀ ਕਿਤੇ ਵੀ ਕਈ ਵਾਰ ਅਸੀਂ ਮਨ ਦੀ ਆਵਾਜ਼ ਸਮਝ ਕੇ ਗਲਤ ਅਰਥ ਕਰ ਲੈਂਦੇ ਮਨ ਤਾਂ ਬੋਲ ਨਹੀਂ ਸਕਦਾ ਇੱਕ ਵਾਰ ਚੁੱਪ ਮਨ ਮਰਿਆ ਹੋਇਆ ਬੋਲਦਾ ਨਹੀਂ ਉਦੋਂ ਪਹਿਲੀ ਬੋਲਦਾ ਹੁੰਦਾ ਉੱਥੇ ਵੀ ਜਿਹੜਾ ਕੁਛ ਕਿਹਾ ਨਾ ਦੇਖ ਦੇਖ ਜੀਵਾਂ ਨਾਨਕ ਨਾਮ ਮਿਲੇ ਤਾਂ ਜੀਵਾਂ ਇਹ ਨਹੀਂ ਕਿਹਾ ਉਹ ਮਰਿਆ ਹੋਇਆ ਜਿੰਨਾ ਚਿਰ ਨਾਮ ਨਾਲ ਜੁੜਿਆ ਮੈਂ ਜਿਉਣਾ ਉਦੋਂ ਚਿਰ ਗੱਲ ਇਹ ਹੈ ਬਿਲੇ ਨਾਮ ਤਾਂ ਜਿਉਣਾ ਮੈਂ ਜੀਵ ਮਰਦਾ ਤਾਂ ਹੁੰਦਾ ਹੀ ਨਹੀਂ ਜੀਵਾਂ ਜੰਮਣ ਦੀ ਸੰਸ ਵੀ ਤਾਂ ਆ ਸਕਦਾ ਜਾਗਣ ਦੀ ਸੰਸ ਤਾਂ ਆ ਸਕਦਾ ਜੀਵ ਤਾਂ ਜਿਉਂਦਾ ਹੀ ਹਰ ਵਕਤ ਉਦੋਂ ਵੀ ਫਿਰ ਚਿੱਤ ਵੀ ਕਹਿ ਸਕਦਾ ਗੱਲ ਮਨ ਨਹੀਂ ਬੋਲ ਸਕਦਾ ਕਿਉਂਕਿ ਮਨ ਇੱਕੋ ਹੀ ਆ ਜਾਂ ਫਿਰ ਉਦੋਂ ਚਿੱਤ ਦੀ ਆਵਾਜ਼ ਆ ਮਨ ਉਹਨਾਂ ਚਿਰ ਅਸੀਂ ਮੰਨਦੇ ਜਿਹੜੇ ਦੋ ਨੇ ਅੱਧ ਤੋਂ ਜਾ ਕੇ ਤਾਂ ਗੱਲ ਵੀ ਅੱਧ ਸ਼ੁਰੂ ਹੁੰਦੀ ਆ ਹੋਰ ਜਗ੍ਹਾ ਤੇ ਤਾਂ ਹੁਣ ਗਾਂਹ ਚਲੇ ਗਏ ਆਪਾਂ ਬਹੁਤ ਸੱਤ ਕੋ ਬੰਨੇ ਤੱਕੇ ਮਨ ਦੀ ਵੀ ਜ਼ਿਆਦਾ ਗੱਲ ਚੱਲਦੀ ਹੈ ਉਹ ਤਾਂ 400 ਤੱਕੇ ਜ਼ਿਆਦਾ ਚੱਲਦੀ ਹੈ ਫਿਰ ਇਹ ਸਾਰੇ ਮਨ ਬੂਝਵੇ ਗੱਲ ਹੈ ਗਾਂਹ ਜਾ ਕੇ ਇੱਥੇ ਆ ਕੇ ਸੰਤੋਖ ਦੀ ਗੱਲ ਚੱਲਦੀ ਹੈ ਸਿਰਫ ਠੋਕਰਾਂ ਦੇ ਵਿੱਚ ਜ਼ਿਆਦਾ ਰਹਿੰਦੀ ਹੈ ਗੱਲ ਸੰਤੋਖ ਤੋਂ ਸ਼ੁਰੂ ਕਰਕੇ ਸੱਚਖੰਡ ਤੱਕ ਸੰਤੋਖ ਤੋਂ ਸ਼ੁਰੂ ਕਰਕੇ ਗਿਆਨ ਨਾ ਪਦਾਰਥ ਤੱਕ ਬਸ ਪਿਛਲੇ ਦੋ ਪਦਾਰਥਾਂ ਦੀ ਗੱਲ ਜ਼ਿਆਦਾ ਚੱਲਦੀ ਹੈ ਹਵਾਲਾ ਥੱਲੇ ਵਾਲਾ ਵੀ ਦਿੱਤਾ ਜਾਂਦਾ ਥੱਲੇ ਵਾਲਾ ਹਵਾਲਾ ਸਿਰਫ ਉੱਥੇ ਥੱਲੇ ਵਾਲਾ ਸਮਝਾਇਆ ਪਰ ਜ਼ਿਆਦਾ ਥੱਲੇ ਵਾਲਾ ਹੀ ਸਮਝਾਇਆ ਕਹਿਤਾ ਇੱਥੇ ਵੈਸੇ ਇੱਥੇ ਵੀ ਬੰਦ ਸਿੰਘ ਲੜੇ ਲੜੇ ਕਾਹਦੇ ਨਾਲ ਗੁਰਪ੍ਰਸਾਦ ਗੁਰ ਉਪਦੇਸ਼ ਪਰ ਉਹ ਗੁਰੂ ਕਿਵੇਂ ਲੜਨਾ ਪਿੱਛੇ ਬਹੁਤ ਦੱਸਿਆ ਹੈ ਗੁਰ ਉਪਦੇਸ਼ ਕੀ ਹੁੰਦਾ ਕਿਵੇਂ ਲੜਨਾ ਉਹ ਪਿੱਛੇ ਦੱਸਿਆ ਹੈ ਸਾਰਾ ਇੱਥੇ ਇਸ਼ਾਰੇ ਮਾਫ ਕਹੀਏ ਮਨ ਦੀ ਲੜਾਈ ਦਾ ਲੜਾਈ ਮਨ ਨਾਲ ਲੜਨੀ ਕਿਹੜੇ ਅਸੂਲਾਂ ਤੇ ਹੈ ਗੁਰ ਉਪਦੇਸ਼ ਦੇ ਅਸੂਲਾਂ ਤੇ ਲੜਾਈ ਲੜਨੀ ਹੈ ਮੁੰਡਾ ਤੁਸੀਂ ਗੁਰ ਉਪਦੇਸ਼ ਜੋ ਹੈ ਗੁਰਬਾਣੀ ਲੈ ਇਹਨੂੰ ਲੈ ਕੇ ਮਨ ਨਾਲ ਲੜਨਾ ਹੋਰ ਕਿਸੇ ਵਿਸ਼ੇ ਦੀ ਲੜਾਈ ਦੀ ਗੱਲ ਨਹੀਂ ਕੀਤਾ ਤਾਂ ਇੰਨਾ ਨੁਕਸਾਨ ਕਰਤਾ ਉਹ ਕਰਤਾ ਤੇਰੇ ਕਰਕੇ ਉਹ ਹੋ ਗਿਆ ਉਹ ਲੜਾਈ ਪਿੱਛੇ ਖਤਮ ਹੋ ਗਈ ਉਹ ਸਾਰੀ ਹੋ ਗਈ ਪਿੱਛੇ ਹਾਂਜੀ ਕਾਜੀ ਕਾਜੀ ਸੋਜੋ ਕਾਇਆ ਵਿਚਾਰੇ ਕਾਇਆ ਕੀ ਅਗਨ ਬ੍ਰਹਮ ਪਰ ਦੇਖੋ ਜੇ ਕਾਇਆ ਦਾ ਅਰਥ ਮਾਲ ਦਾ ਸਰੀਰ ਹੁੰਦਾ ਤਾਂ ਇਹਦੀ ਵਿਚਾਰ ਕਰਨ ਦੀ ਕੀ ਲੋੜ ਸੀ ਬਾਲ ਸਰੀਰ ਨੂੰ ਕਾਇਆ ਕਹੀ ਜਾਂਦਾ ਨਾ ਜੇ ਬਾਲ ਸਰੀਰ ਕਾਇਆ ਹੁੰਦਾ ਫਿਰ ਇਹਦੀ ਵਿਚਾਰ ਦੀ ਕਿਹੜੀ ਲੋੜ ਪਈ ਸੀ ਬਈ ਕਿਉਂਕਿ ਬਾਲ ਸਰੀਰ ਕਾਇਆ ਨਹੀਂ ਮਾਇਆ ਪੰਜ ਤੱਤ ਮਾਇਆ ਹੁੰਦੀ ਹੈ ਕਾਇਆ ਨਹੀਂ ਹੁੰਦੀ ਹੈ ਕਾਇਆ ਨਿਰਾਕਾਰ ਸਰੀਰ ਨੂੰ ਕਹਿੰਦੇ ਕਾਜੀ ਉਹ ਇਹਦਾ ਕਾਇਆ ਦੀ ਵਿਚਾਰ ਕਰੇ ਕਾਇਆ ਨਿਰਾਕਾਰੀ ਦੇਹੀ ਹੈ ਜਿਹੜੀ ਗੁਪਤ ਦੇਹੀ ਹੈ ਨਾ ਉਹਨੂੰ ਕਾਇਆ ਕਹਿੰਦੇ ਨੇ ਦੇਹੀ ਗੁਪਤ ਵਿਦੇਹੀ ਨਹੀਂ ਜੋ ਸਰੀਰ ਦੀਦਾ ਵਿਦੇਹੀ ਹੈ ਕਾਇਆ ਨਾਲ ਸੰਬੰਧ ਨਹੀਂ ਹੁੰਦੀ ਕਾਇਆ ਅਸਲ ਚ ਆਕਾਸ਼ ਤੱਤ ਹੁੰਦਾ ਆਕਾਸ਼ ਤੱਤ ਦੀ ਜੇ ਮਾਇਆ ਬਣੀ ਹੋਈ ਹੈ ਕਾਇਆ ਦੇ ਵਿੱਚ ਪਰ ਆਕਾਸ਼ ਤੱਤ ਕੱਲਾ ਉਹ ਚ ਹੋਰ ਨੀ ਕੁਛ ਵੀ ਹੈ ਹਵਾ ਤੋਂ ਥੱਲੇ ਵਾਲੇ ਤੱਤ ਚਾਰੇ ਨਹੀਂ ਹੁੰਦੇ ਕਾਇਆ